ਗਿੱਦੜਬਾ ਵਿਖੇ ਭੀਮ ਆਰਮੀ ਭਾਰਤੀ ਮੂਲ ਨਿਵਾਸੀ ਜਥੇਬੰਦੀ ਵੱਲੋਂ ਮਹਾਰਾਸ਼ਟਰ ਦੇ ਭੀਮਾ ਕੋਰੇਗਾਂਵ ਪੂਨੇ ਵਿੱਚ ਬੀਤੇ 1 ਜਨਵਰੀ ਨੂੰ ਸਹੁਰੇ ਦਿਵਸ ਨੂੰ ਸਮਰਪਿਤ ਇਤਿਹਾਸਕ ਦਿਨ ਮਨਾ ਰਹੇ ਮੂਲ ਨਿਵਾਸੀ ਅਤੇ ਮਨੂਵਾਦੀਆਂ ਵੱਲੋਂ ਇਕੱਠੇ ਹੋ ਕੇ ਮਾਰੂ ਹਮਲਾ ਕਰਨ ਦੇ ਰੋਸ ਵਜੋਂ ਸ਼ਹਿਰ ਦੇ ਮੇਨ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਘੰਟਾ ਘਰ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ RSS ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੂਲ ਨਿਵਾਸੀ ਸਮਾਜ ਨੇ ਜ਼ੁਲਮ ਦਾ ਟਾਕਰਾ ਡਟ ਕੇ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਦੀ BJP ਸਰਕਾਰ ਦੀ ਸ਼ਹਿ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ ਮੂਲ ਨਿਵਾਸੀਆਂ 'ਤੇ ਜ਼ੁਲਮ ਕਰ ਰਹੀ ਹੈ। ਉਹਨਾਂ ਮੰਗ ਕੀਤੀ ਕਿ ਬਹੁਜਨ ਸਮਾਜ 'ਤੇ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ 'ਤੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਅਤੇ ਬਹੁਜਨ ਸਮਾਜ ਦੇ ਅਧਿਕਾਰਾਂ ਦੀ ਰਾਖੀ ਲਈ ਸਖਤ ਕਾਨੂੰਨ ਬਣਾਏ ਜਾਣ। ਮੇਰਾ ਨਾਂ ਰਮੇਸ਼ ਕੁਮਾਰ ਹੈ ਜੀ, ਗਿੱਦੜਬਾ ਤੋਂ। ਇਹ ਜੀ ਭੀਮਾ ਕੋਰੇਗਾਂਵ ਜੋ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ 200 ਸਾਲ ਤੋਂ ਲਗਾਤਾਰ ਉੱਥੇ ਹਰ ਪਹਿਲੀ ਤਰੀਕ ਨੂੰ ਸਾਡਾ ਜਿਹੜਾ ਸ਼ਹੀਦੀ ਦਿਵਸ ਹੈਗਾ ਉਸ ਨੂੰ ਸਹੁਰੇ ਦਿਵਸ ਦੇ ਨਾਂ 'ਤੇ ਮਨਾਇਆ ਜਾਂਦਾ ਹੈ, ਜਿੱਥੇ ਕਿ ਸਾਰਾ ਸਮਾਜ SC BC ST ਸਾਰਾ ਸਮਾਜ ਸਾਡਾ ਇਕੱਠਾ ਹੋ ਕੇ ਉੱਥੇ ਸ਼ਾਂਤੀਪੂਰਵਕ ਢੰਗ ਨਾਲ ਉੱਥੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਅਤੇ ਬੜੀ ਦੁੱਖ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਉੱਥੇ ਕਿਸੇ ਤਰ੍ਹਾਂ ਦਾ ਕੋਈ ਬੰਦੋਬਸਤ ਨਹੀਂ ਕੀਤਾ। ਸਾਡੇ 10 ਲੱਖ ਤੋਂ ਵੱਧ ਬੰਦੇ ਜਿਹੜੇ ਸੀ ਉੱਥੇ ਇਕੱਠੇ ਹੋਏ ਸੀ, ਉਹਨਾਂ 'ਤੇ ਸ਼ਾਂਤੀਪੂਰਵਕ ਪ੍ਰੋਗਰਾਮ ਕਰਦਿਆਂ ਦੇ ਉੱਤੇ ਉਹਨਾਂ ਦੇ ਉੱਤੇ ਹਿੰਸਾ ਕੀਤੀ ਗਈ, ਉਹਨਾਂ 'ਤੇ ਕੁੱਟਮਾਰ ਕੀਤੀ ਗਈ। ਉੱਥੇ ਸਾਡੇ ਕਈ ਬੰਦੇ ਜਿਹੜੇ ਸੀ ਉਹ ਸ਼ਹੀਦ ਹੋ ਗਏ। ਅਤੇ ਬਾਬਾ ਸਾਹਿਬ ਜੀ 1927 ਦੇ ਵਿੱਚ ਉੱਥੇ ਗਏ ਸੀਗੇ। ਬਾਬਾ ਸਾਹਿਬ ਤੋਂ ਬਾਅਦ ਉੱਥੇ ਇੱਕ ਰੀਤ ਬਣੀ ਹੋਈ ਹੈ ਕਿ ਉੱਥੇ ਹਰ ਸਾਲ ਨਵੇਂ ਸਾਲ ਨੂੰ ਜਿਹੜਾ ਸਾਡਾ ਦਲਿਤ ਸਮਾਜ ਹੈ ਉੱਥੇ ਜਾ ਕੇ ਸਹੁਰਿਆਂ ਦਿਵਸ 'ਤੇ ਆਪਣਾ ਜਿਹੜਾ ਹੈਗਾ ਮਾਣ ਮਹਿਸੂਸ ਕਰਦਾ ਹੈ ਅਤੇ ਉੱਥੇ ਬਾਬਾ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ। ਸਾਡੀ ਮੰਗ ਇਹ ਹੈ ਜੀ ਕਿ ਸਮਾਜ ਦੇ ਵਿੱਚ ਅਤਿਆਚਾਰ ਬੰਦ ਕੀਤਾ ਜਾਵੇ, SC ST ਅਤੇ ਅਦਰ ਜਿਹੜੇ ਲੋਕ ਨੇ ਸਾਡੇ ਗਰੀਬ ਲੋਕ ਨੇ ਉਹਨਾਂ ਦੇ ਉੱਤੇ ਜਿਹੜਾ ਅੱਤਿਆਚਾਰ ਹੋ ਰਿਹਾ ਉਸ ਨੂੰ ਬੰਦ ਕੀਤਾ ਜਾਵੇ। ਅਸੀਂ ਤਾਂ ਸਰਕਾਰ ਤੋਂ ਇਹ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਸਾਡੇ ਸਮਾਜ 'ਤੇ ਥਾਂ ਥਾਂ 'ਤੇ ਅੱਤਿਆਚਾਰ ਹੋ ਰਹੇ ਹੈ, ਥਾਂ ਥਾਂ 'ਤੇ ਦੰਗੇ ਹੋ ਰਹੇ ਹੈ, ਕਦੇ ਕੋਈ ਭੀੜ ਸਾਡੇ ਬੰਦੇ ਨੂੰ ਕਤਲ ਕਰ ਦਿੰਦੀ ਹੈ ਜਾਂ ਕਿਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਸਾਡੇ ਸਮਾਜ 'ਤੇ ਬੜਾ ਹੀ ਦੁੱਖ ਭਾਗਾ ਜਿਹੜਾ ਸਮਾਂ ਹੈ ਉਹ ਚੱਲ ਰਿਹਾ ਹੈ। ਪਿੱਛੇ ਜੀ ਅਮਿਤ ਹੇਗੜੇ ਜੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਸੰਵਿਧਾਨ ਨੂੰ ਚੇਂਜ ਕਰਨ ਆਏ ਹਾਂ, ਭਾਰਤੀ ਸੰਵਿਧਾਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਖਾਮੀ ਨਹੀਂ ਹੈ। ਜਿਹੜਾ ਇਹ ਕਹਿੰਦੇ ਅਸੀਂ ਉਸ ਨੂੰ ਚੇਂਜ ਕਰਨਾ ਚਾਹੁੰਦੇ ਹਾਂ, ਭਾਰਤੀ ਸੰਵਿਧਾਨ ਨਾਲ ਕਿਸੇ ਤਰ੍ਹਾਂ ਦੀ ਵੀ ਛੇੜਛਾੜ ਜਿਹੜੀ ਹੈ ਸਾਡਾ ਸਮਾਜ ਬਰਦਾਸ਼ਤ ਨਹੀਂ ਕਰੇਗਾ। ਇਹ ਪਿਛਲੇ ਜੋ 1 ਜਨਵਰੀ 2018 ਨੂੰ ਭੀਮਾਪੁਰ ਕੋਰੇਗਾਂ ਦੇ ਵਿੱਚ ਸਾਡੇ SC BC ਸਮਾਜ ਦੇ ਉੱਤੇ ਜੋ ਹਮਲਾ ਕੀਤਾ ਗਿਆ ਇਹ ਭਗਵਾ ਕਰਨ ਜਿਹੜੇ RSS ਦੇ ਗੁੰਡਿਆਂ ਨੇ ਕੀਤਾ, ਨਰਿੰਦਰ ਮੋਦੀ ਦੀ ਸ਼ਹਿ 'ਤੇ ਹੋਇਆ। BJP ਦੀ ਜੋ ਉੱਥੇ ਦੀ ਸਰਕਾਰ ਆ ਦੇਵਿੰਦਰ ਫਡਨਵੀਸ ਦੀ, ਉਹਨੇ ਪੁਲਿਸ ਪ੍ਰਸ਼ਾਸਨ ਨੂੰ ਢਿੱਲ ਦੇ ਕੇ ਜੋ ਸਾਡੇ ਭਰਾਵਾਂ 'ਤੇ ਹਮਲਾ ਕਰਾਇਆ ਉਹਦੇ ਪ੍ਰੋਟੈਸਟ ਵਜੋਂ ਇੱਕ ਤਾਂ ਇਹ ਗੱਲ ਸੀ, ਦੂਜਾ ਨੰਬਰ ਸਾਨੂੰ ਪਤਾ ਹੈ ਕਿ ਇਹ ਲੋਕ ਸਾਡੇ ਸੰਵਿਧਾਨ ਬਾਬਾ ਸਾਹਿਬ ਦਾ ਜੋ ਸੰਵਿਧਾਨ ਲਿਖਿਆ ਉਹਦੇ ਨਾਲ ਛੇੜਛਾੜ ਕਰ ਸਕਦੇ ਆ, ਜੋ ਰਿਜ਼ਰਵੇਸ਼ਨ ਆ ਸਾਡੇ ਗਰੀਬ ਭਰਾਵਾਂ ਦੀ ਉਹ ਰਿਜ਼ਰਵੇਸ਼ਨ ਬੰਦ ਕਰ ਸਕਦੇ ਆ, ਇਹਦੇ ਸੰਬੰਧ 'ਚ ਅਸੀਂ ਪ੍ਰੋਟੈਸਟ ਕੀਤਾ ਹੈ। ਉਸ ਤੋਂ ਬਾਅਦ ਇਹ ਸਮਝੇ ਕਿ ਅਸੀਂ ਹਿੰਦੁਸਤਾਨ ਦੇ 85% ਸਾਡਾ SC BC ST ਸਮਾਜ ਬੈਠਾ, ਅਸੀਂ ਸਾਨੂੰ ਸੜਕਾਂ ਦੇ ਭਾਵੇਂ ਖੂਨ ਪਾਉਣਾ ਪੈ ਜਾਵੇ ਆਪਣੇ ਖੂਨ ਦਾ ਕਤਰਾ ਕਤਰਾ ਪਾ ਦਿਆਂਗੇ, ਪਰ ਨਰਿੰਦਰ ਮੋਦੀ ਨੂੰ ਅਸੀਂ ਇਹ ਨਹੀਂ ਕਰਨ ਦੇਣਾ ਕਿ ਸੰਵਿਧਾਨ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਛੇੜਛਾੜ ਕਰ ਜਾਵੇ। ਤੁਸੀਂ ਕਹਿੰਦੇ ਹੋ ਵੀ ਉਹ ਛੇੜਛਾੜ ਕਰ ਜਾਵੇ, ਅਸੀਂ ਇਹ ਗੱਲ ਕਹਿੰਦੇ ਹੋ ਕਰਕੇ ਦਿਖਾਵੇ, ਅਸੀਂ ਇੱਟ ਨਾਲ ਇੱਟ ਖੜਕਾ ਲਾਂਗੇ ਸੈਂਟਰ ਸਰਕਾਰ ਨਾਲ।
ਸੋਨੀ ਡੱਲਾ, ਬਿਊਰੋ ਚੀਫ ਮੁਕਤਸਰ, ਦਿਵਿਆ ਪੰਜਾਬ ਟੀਵੀ।